नगर कौंसल फतेहगढ़ साहब दे चोण नतीजे 23 वार्डां दे विचों 19 सीटां ते कांग्रेस जीतू। नगर कौंसल अते नगर पंचायत चोणां दे विच जिला फतेहगढ़ साहब दे सरहंद विच होईयां नगर कौंसल दीआं चोणां विच 23 वार्डां विचों 19 सीटां दे उपर कांग्रेस जीतू रही है, जबकि 3 सीटां तो आम आदमी पार्टी अते 1 सीट तो श्रोमणी अकाली दल दे उम्मीदवार जीतू रहे हन। इत्थे इह वर्णन योग है कि सरहंद दीआं 23 वार्डां दे विचों 2 उम्मीदवार पहलां ही निर्विरोध जीत चुके हन अते इस तों इलावा 21 सीटां दी चोण दे विचों 17 कांग्रेस पार्टी दे उम्मीदवार जबकि 3 आम आदमी पार्टी अते 1 श्रोमणी अकाली दल दा उम्मीदवार जीतू रहा है। हां जी, नगर कौंसल सरहंद फतेहगढ़ साहब दे विच कुल 23 वार्ड सीगे, जिन्हां दे विच ते 2 वार्ड नंबर 7 ते 12 दे विच पहलां ही उम्मीदवार जिहड़े बिना किसे मुकाबले ते जीत चुके सीगे ते 21 वार्डां दे लई जिहड़ा हैगा ओह मुकाबला होया सी। 21 वार्डां दे विच ते 17 वार्डां दे विच कांग्रेस ਦੇ ਉਮੀਦਵਾਰ ਜੇਤੂ ਹੋਏ ਨੇ, 3 ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਹੋਏ ਨੇ ਅਤੇ 1 ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਿਹੜੇ ਹੈ ਉਮੀਦਵਾਰ ਜੇਤੂ ਹੋਏ ਨੇ ਅਤੇ ਟੋਟਲ ਜਿਹੜੇ ਹੈ 23 ਦੇ ਵਿੱਚ ਤੋਂ ਅਸੀਂ ਕਹਿ ਸਕਦੇ ਕਿ 19 ਕਾਂਗਰਸ ਆਈ, 3 ਆਪ ਅਤੇ 1 ਜਿਹੜਾ ਹੈਗਾ ਅਕਾਲੀ ਦਲ ਬਾਦਲ। ਮੈਂ ਨਗਰ ਕੌਂਸਲ ਸਰਹੰਦ ਦੇ ਸਾਰੇ ਹੀ ਵੋਟਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਹ ਵੋਟਾਂ ਅਮਨ ਅਮਾਨ ਨਾਲ ਜਿਹੜੀਆਂ ਹੋਈਆਂ ਨੇ ਉਹਨਾਂ ਲਈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਤੇ ਇਸ ਦੇ ਨਾਲ ਹੀ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਸਿਵਲ ਪ੍ਰਸ਼ਾਸਨ ਦਾ ਸਾਥ ਦਿੱਤਾ ਉਹਦਾ ਵੀ ਬਹੁਤ ਬਹੁਤ ਧੰਨਵਾਦ। ਨਗਰ ਕੌਂਸਲ ਸਰਹੰਦ ਫਤਿਹਗੜ੍ਹ ਸਾਹਿਬ ਦੇ ਵਿੱਚ ਕਾਂਗਰਸ ਦੀ 59 ਫਿਰ ਜਿੱਤ ਹੋਈ ਹੈ ਜੀ। 23 ਦੇ ਵਿੱਚੋਂ ਅਸੀਂ 19 ਸੀਟਾਂ ਲੈ ਗਏ, ਇਹ ਕੈਪਟਨ ਅਮਰਿੰਦਰ ਸਿੰਘ ਜੀ ਦੀ ਕਾਰਗੁਜ਼ਾਰੀ ਪੰਜਾਬ ਦੇ ਵਿੱਚ ਔਰ ਕੁਲਜੀਤ ਸਿੰਘ ਨਾਗਰਾ ਜੀ ਦੀ ਕਾਰਗੁਜ਼ਾਰੀ ਸਰਹੰਦ ਫਤਿਹਗੜ੍ਹ ਸਾਹਿਬ ਦੇ ਵਿੱਚ ਇਹ ਦਰਸਾਉਂਦੀ ਹੈ, ਲੋਕਾਂ ਨੇ ਉੱਤੇ ਮੋਹਰ ਲਗਾਈ ਹੈ ਨਾਗਰਾ ਸਾਹਿਬ ਨੂੰ 19 ਸੀਟਾਂ ਦੇ ਕੇ ਨਾਗਰਾ ਸਾਹਿਬ ਦੇ ਜਿਹੜੇ ਵਿਕਾਸ ਦੇ ਕੰਮ ਕੀਤੇ ਉੱਤੇ ਮੋਹਰ ਲਗਾਈ। ਅਤੇ ਜਿਹੜੇ ਵਿਰੋਧੀ ਬੋਲਦੇ ਨੇ ਜੀ ਉਹਨਾਂ ਦਾ ਬਾਰੇ ਕੀ ਕਹੋਗੇ ਜੀ? ਵਿਰੋਧੀ ਤਾਂ ਬੋਲਦੇ ਹੁੰਦੇ ਆ ਜੀ। ਠੀਕ ਹੈ ਜੀ। ਸਰਹੰਦ ਐਮ ਸੀ ਦੇ ਵਿੱਚ ਜਿੱਥੇ 23 ਸੀਟਾਂ ਦੇ ਉੱਤੇ ਇਲੈਕਸ਼ਨ ਹੋਈ ਉਹਦੇ ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਬਹੁਤ ਭਰਮਾ ਹੰਗਾਰਾ ਲੋਕਾਂ ਦਾ ਮਿਲਿਆ, ਬਹੁਤ ਵੋਟਿੰਗ ਹੋਈ ਅਤੇ 3 ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਲੋਕਾਂ ਨੇ ਪਾਈਆਂ, ਸੇਵਾ ਦਾ ਮੌਕਾ ਦਿੱਤਾ। ਜਿੰਨੀ ਵੀ ਵੋਟਿੰਗ ਹੋਈ ਹੈ ਸਾਰੀ ਜਿੰਨੇ ਵੀ ਵੋਟਰ ਨੇ ਉਹਨਾਂ ਦਾ ਧੰਨਵਾਦ ਕਰਦਾ, ਜਿੰਨੇ ਵਰਕਰ ਨੇ ਉਹਨਾਂ ਦਾ ਧੰਨਵਾਦ ਕਰਦਾ। ਵਾਰਡ ਨੰਬਰ 3, ਵਾਰਡ ਨੰਬਰ 9 ਅਤੇ 13 ਦੇ ਵਿੱਚੋਂ ਸਾਡੇ ਕੈਂਡੀਡੇਟ ਜੇਤੂ ਰਹੇ, ਸੋ ਪਰਮਾਤਮਾ ਉਹਨਾਂ ਨੂੰ ਸੇਵਾ ਬਖਸ਼ੇ ਅਤੇ ਆਉਣ ਵਾਲੇ ਸਮੇਂ 'ਚ ਆਮ ਆਦਮੀ ਪਾਰਟੀ ਦੇ ਉੱਤੇ ਮੇਰਾ ਹੱਥ ਰੱਖ ਕੇ ਉਹਨਾਂ ਨੂੰ ਹੋਰ ਤਕੜਾ। ਸਾਡਾ ਵੀਰ ਬਰਬਾੜ ਹੈ ਜੀ ਸਾਡਾ, ਅਤੇ ਅਸੀਂ ਬਹੁਤ ਹੀ ਵਧੀਆ ਲੀਡ ਨਾਲ 561 ਵੋਟਾਂ ਨਾਲ ਜਿੱਤੇ ਹਾਂ ਅਤੇ ਇਹ ਸਾਰੀ ਜਿੱਤ ਆਪਣੇ ਵਾਰਡ ਨੰਬਰ 20 ਦੇ ਵੋਟਰਾਂ ਦੀ ਅਤੇ ਸਪੋਰਟਰਾਂ ਦੀ ਜਿੱਤ ਹੈ ਅਤੇ ਨਾਗਰਾ ਸਾਹਿਬ ਦੇ ਬਹੁਤ ਬੜੀ ਜਿੱਤ ਹੈ ਜਿਨ੍ਹਾਂ ਨੇ ਇੰਨਾ ਕੰਮ ਕਰਾ ਕੇ ਸ਼ਹਿਰ ਨੂੰ ਡਿਵੈਲਪਮੈਂਟ ਕਰਾਈ ਹੈ, ਇਹ ਨਾਗਰਾ ਸਾਹਿਬ ਦੀ ਉਹ ਜਿੱਤ ਸਮਝੋ, ਉਹਨਾਂ ਦੇ ਹੱਥ ਬਹੁਤ ਮਜ਼ਬੂਤ ਹੋਣਗੇ। ਫਤਿਹਗੜ੍ਹ ਸਾਹਿਬ ਤੋਂ ਜਗਦੇਵ ਸਿੰਘ ਦੀ ਰਿਪੋਰਟ, ਚੜ੍ਹਦੀ ਕਲਾ, ਟਾਈਮ ਟੀਵੀ।